देखो जी पहली बार कई महिलाओं तो देख सकते हो सारे मौजूद हैं। ए मैडम अपन नाम की है? सर मनदीप कौर सल्लन। किहड़े पिंड दे हो? सर मेहंदीपुर। मेहंदीपुर तुसी उम्मीदवारी सरपंच लई भरे, तुसी की कहना चाहते हो, किदां दा तुसी विकास करोगे? ठीक है सर। की विकास करोगे तुसी? सर असी सब तो पहला तो साढ़े पिंड च टोबा आ, असी उन्हूं ये चाहते हैं कि पूर के असी सीवरेज पिंड च पाइए। अच्छा जी। तो एक साडा मिडल स्कूल आ, उन्हूं स्कूल उसकी उसारी वध तो वध छेती तो छेती करवाइए, ते एक पानी वाली टैंकी असी अपने पिंड विच जरूर बनाइए। नहीं पहले कोई पानी टैंकी है नहीं इन्हें साल? नहीं सर है नहीं। पानी कितों तुसी मंगवांदे हो? पानी कितों आंदी है फिर? सर पिंड नाल दे पिंड चूड़पुर तो आंदा। किन्ना टाइम पानी आंदा इत्थे? सर दो टाइम आंदा। कितनी आबादी है इत्थे पिंड च? सर 750 वोट आ साडे पिंड। 750? हां जी। 1400 वोट? 1400। हां जी। कितनी वोट पैंदी है इत्थे तुहानू पता है? सर कुछ एन आर आई वीर बार ते कुछ 550 वोट साडी पोल होनी है। पोल होंदी है? हां जी। ਪਿਛਲੀ ਸਰਕਾਰ ਪਿਛਲੀ ਜਿਹੜੀ ਪੰਚਾਇਤ ਸੀ ਉਹ ਕੰਮ ਕੀਤਾ ਨਹੀਂ ਪਿੰਡ 'ਚ? ਕੀ ਵਿਕਾਸ ਕੀਤਾ ਦੱਸੋ ਮਾੜਾ ਜਿਹਾ। ਸਰ ਉਹਨੀ ਜਿਹੜੀਆਂ ਨਾਲੀਆਂ ਗਲੀਆਂ ਪੱਕੀਆਂ ਕਰਵਾਈਆਂ ਜਿਹੜੀਆਂ ਬਣਨ ਵਾਲੀਆਂ ਸੀ, ਇੱਕ ਸਾਡੇ ਡਾਕਟਰ ਅੰਬੇਦਕਰ ਭਵਨ ਦੀ ਉੱਪਰਲੀ ਉਸਾਰੀ ਉਹਨੀ ਕਰਵਾਈ, ਬਿਲਡਿੰਗ ਬਣਵਾਈ, ਅਤੇ ਹੋਰ ਜਿਹੜੇ ਰਹਿੰਦੇ ਕੰਮ ਬਾਕੀ ਵੀ ਬਹੁਤ ਕਰਵਾਏ। ਉੱਧਰ ਜ਼ਿਮੀਂਦਾਰ ਭਾਈਚਾਰੇ ਵੱਲੋਂ ਇੱਕ ਉਹਨੀ ਗਰਾਊਂਡ ਬਣਾਈ ਬੱਚਿਆਂ ਲਈ। ਕੋਈ ਪਿੰਡ ਦੇ ਬੱਚੇ ਖੇਡਣ ਵਾਸਤੇ ਕੋਈ ਸਟੇਡੀਅਮ ਕੋਈ ਗਰਾਊਂਡ ਹੈਗਾ ਇੱਥੇ? ਨਹੀਂ ਸਰ ਇੱਧਰ ਨਹੀਂ ਹਜੇ ਹੈਗਾ। ਇੱਥੇ ਹੈ ਨਹੀਂ? ਨਹੀਂ ਸਰ जी बिल्कुल। तुम देख सकते हो कहें कि बच्चे वास्ते पिंड च कोई खेड का जगह नहीं है, लेकिन वो जरे भी जितेंगे तो कम करेंगे। बीबी जी हाँ जी जी भी सर। अपना की नाम है? नछत्र कौर जी। हाँ जी नछत्र कौर। नछत्र तुसी भी पंचायत मेंबर खड़े हो? हाँ जी जी असी पंच। तुसी पंच वास्ते? हाँ जी सर सर्वसम्मति नाल मैनू एक वार्ड ने चुनिया। एक वार्ड ने चुनिया? हाँ जी। की काम करोगे तुसी? देखो जी जो भी काम जोड़ा अधूरा आ वो असी करांगे। की अधूरे ने काम? देखो जी बहुत अधूरे आ, पानी का निकास भी, होर भी कई जिंदा भी पिछली पंचायत तो अधूरे रह गए आ, वो असी पूरे करांगे। जी बिल्कुल। तो देख रहे हो सरसम्मति नाल वार्ड नंबर एक ते चुने गए पंचायत मैंबर ने भी यही कहा कि जिहड़े काम अधूरे पिछले सरकार तो पिछले पंचायत तो असी पूरा करेंगे। साडे कोल तुसी भी पंचायत मैंबर खड़े हो जी, अपना नाम की है? सुरेंद्र कौर। ਤੁਸੀਂ ਵੀ ਖੜੇ ਹੋ ਇਸ ਵਾਰ? ਹਾਂਜੀ ਸਰਪੰਚ ਲਈ। ਸਰਪੰਚ ਲਈ ਕਿਹੜੇ ਵਾਰਡ? ਅੱਛਾ ਸਰਪੰਚ ਇੱਕ ਨੰਬਰ ਵਾਰਡ 'ਚ। ਇੱਕ ਨੰਬਰ ਵਾਰਡ 'ਚ? ਹਾਂਜੀ। ਪਿਛਲੇ ਪੰਚਾਇਤ ਨੇ ਕੀ ਕੰਮ ਕੀਤਾ ਸਰ ਪਿੰਡ 'ਚ? ਨਹੀਂ ਉਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤੇ ਆ, ਜਿਹੜੇ ਬਾਕੀ ਰਹਿ ਗਏ ਆ ਉਹ ਗਾਹਾਂ ਜੋ ਵੀ ਬਣੂਗਾ ਉਹ ਕਰਾਂਗੇ ਕੰਮ। ਅਸੀਂ ਸਾਨੂੰ ਇੱਕ ਮੌਕਾ ਦਿੱਤਾ ਜਾਵੇ, ਜੋ ਵੀ ਗਾਹਾਂ ਹੋਊਗਾ ਅਸੀਂ ਕਰਾਂਗੇ ਕੰਮ, ਜਿਹੜੇ ਰਹਿੰਦੇ ਆ ਅਧੂਰੇ ਕੰਮ ਅਸੀਂ ਪੂਰੇ ਕਰਾਂਗੇ। ਪਿੰਡ 'ਚ ਪਾਣੀ ਦੀ ਵਿਵਸਥਾ ਨਹੀਂ ਹੈ, ਸੀਵਰੇਜ ਬਹੁਤ ਮੁਸ਼ਕਿਲ ਹੈ, ਪਰ ਬਰਸਾਤ 'ਚ ਪਾਣੀ ਜਦ ਇਕੱਠਾ ਹੋ ਜਾਂਦਾ ਹੈ ਤੁਹਾਨੂੰ ਪਤਾ ਹੈ ਕਿ ਬਰਸਾਤ ਦਾ ਪੂਰਾ ਰਾਸਤਾ ਜਾਮ ਹੋ ਜਾਂਦਾ, ਆਉਣ ਜਾਣ 'ਚ ਬਹੁਤ ਪੰਗਾ ਪੈਂਦਾ, ਆਉਣ ਜਾਂ ਪਰੇਸ਼ਾਨੀ ਹੁੰਦੀ ਹੈ। ਹਾਂਜੀ। ਤੁਸੀਂ ਕੀ ਕਰੋਗੇ ਇਸਕੇ ਲਈ? ਨਿਕਾਸੀ ਹੈਗਾ ਪਾਣੀ ਦੇ ਕੋਈ ਇੱਥੇ? ਨਿਕਾਸੀ ਤਾਂ ਹੁਣ ਜਿੱਦਾਂ ਬਈ ਪੈਪ ਪਿਓ ਇਹਨਾਂ ਦੇ ਵਿੱਚ ਪਾਣੀ ਕੱਢਾਂਗੇ ਅਸੀਂ, ਜਿੱਦਾਂ ਹੈਗਾ ਆ ਮਤਲਬ ਜੋ ਵੀ ਫੈਸਲੇ ਹੋਊਗੇ ਪਿੰਡ ਵਾਲਿਆਂ ਦੇ ਅਸੀਂ ਪੂਰੇ ਕਰਾਂਗੇ। ਕਈ ਪਿੰਡਾਂ 'ਚ ਨਸ਼ੇ ਦੀ ਬੋਲਬਾਲਾ ਹੈਗਾ, ਕਿ ਆਪਣੇ ਪਿੰਡ 'ਚ ਨਸ਼ੇ ਦਾ ਪੱਤਾ ਕਾਂ ਹੈਗਾ ਨਸ਼ੇ ਦਾ ਇੱਧਰ? ਨਹੀਂ ਇਸ ਪਿੰਡ 'ਚ ਹੈ ਨਹੀਂ? ਨਹੀਂ ਹੈਗਾ, ਅਸੀਂ ਤਾਂ ਨਹੀਂ ਸੁਣਿਆ, ਨਹੀਂ ਹੈਗਾ ਹੈ ਨਹੀਂ? ਹਾਂਜੀ ਕਿਉਂਕਿ ਤੁਸੀਂ ਘਰ 'ਚ ਰਹਿੰਦੇ ਹੋ, ਤੁਹਾਨੂੰ ਜ਼ਿਆਦਾ ਪਤਾ ਹੋਣਾ ਚਾਹੀਦਾ। ਹਾਂਜੀ ਹਾਂਜੀ ਜੀ ਨਹੀਂ, ਸਾਡੇ ਬਹੁਤ ਵਧੀਆ ਨੌਜਵਾਨ ਆ, ਸਾਰੇ ਠੀਕ ਆ, ਆਪਣੇ ਘਰਾਂ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਕਹਿੰਦੇ ਕਿ ਬਾਕੀ ਪੰਜਾਬ ਦੇ ਜ਼ਿਲ੍ਹੇ ਦੇ ਹਰ ਪਿੰਡ 'ਚ ਨਸ਼ੇ ਦਾ ਬੋਲਵਾਲਾ, ਲੇਕਿਨ ਇਸ ਪਿੰਡ 'ਚ ਨਸ਼ੇ ਦਾ ਬੋਲਵਾਲਾ ਹੈ ਨਹੀਂ। ਬੀਬੀ ਜੀ ਆਪਣਾ ਕੀ ਨਾਮ ਹੈ ਜੀ? ਗਿਆਨ ਕੌਰ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਅਸੀਂ ਤਾਂ ਘਰੇਲੂ ਕੰਮ ਕਰਦੇ ਹਾਂ। ਤੁਸੀਂ ਵੀ ਪੰਚਾਇਤ ਮੈਂਬਰ ਖੜੇ ਹੋ? ਹਾਂਜੀ ਪੰਚ 'ਚ। ਪੰਚ 'ਚ ਹਾਂਜੀ। ਕੀ ਮੁੱਦੇ ਕੀ ਨੇ ਤੁਹਾਡੇ? ਦੇਖੋ ਜੀ ਜਿਹੜੇ ਕੰਮ ਰਹਿ ਗਏ ਆ ਜਿਹੜੀ ਪਿਛਲੀ ਪੰਚਾਇਤ ਸੀ ਉਹਨੂੰ ਵੀ ਕੰਮ ਬਹੁਤ ਵਧੀਆ ਕੀਤੇ ਆ, ਅਤੇ ਜਿਹੜੇ ਕੰਮ ਰਹਿੰਦੇ ਆ ਉਹ ਗਾਹਾਂ ਦੀ ਪੰਚਾਇਤ ਪੂਰੇ ਕਰੂਗੀ। ਇੱਕ ਇੱਕ ਮੌਕਾ ਚਾਹੀਦਾ ਆ। ਤੁਹਾਡੇ ਜਿਹਨ 'ਚ ਕੀ ਕੰਮ ਕਰੋਗੇ? ਸੋਚਿਆ ਉਹਨੇ ਕਿ ਮੈਂ ਇਹ ਕੰਮ ਕਰਨਾ ਪਹਿਲਾ ਆਧਾਰ ਪਹਿਲੇ ਕੰਮ ਕਰਾਂਗਾ? ਹਾਂਜੀ ਹੁਣ ਦੇਖੋ ਜਿੱਦਾਂ ਜੀ ਸਰਪੰਚ ਸਾਹਿਬ ਨੇ ਦੱਸਿਆ ਵੀ ਸਾਡਾ ਜਿਹੜਾ ਛੱਪੜਿਆ ਉਹ ਕੱਢਿਆ ਡੂੰਘਾ ਕੀਤਾ ਗਿਆ ਆ ਅਤੇ ਉਹਨੂੰ ਅਸੀਂ ਬੰਦ ਕਰਾਂਗੇ। ਅੱਛਾ ਜੀ। ਅਤੇ ਪਾਣੀ ਦਾ ਨਿਕਾਸ ਅਸੀਂ ਗਾਹਾਂ ਜਾਵਾਂਗੇ। ਅੱਗੇ ਪਾਣੀ ਆ ਗਿਆ ਸੀ ਅਤੇ ਬਹੁਤ ਘਰਾਂ ਦੇ ਵਿੱਚ ਨੁਕਸਾਨ ਹੋਇਆ ਸਾਡਾ। ਹਾਂਜੀ। ਅਤੇ ਹੁਣ ਜਿਹੜਾ ਸਾਡਾ ਬੱਚਿਆਂ ਦਾ ਸਕੂਲ ਆ ਉਹ ਵੀ ਬੱਚਿਆਂ ਨੂੰ ਬਹੁਤ ਤੰਗੀ ਆ, ਉਹ ਵੀ ਅਸੀਂ ਗਾਹਾਂ ਬਣਾਉਣਾ ਚਾਹੁੰਦੇ ਹਾਂ। ਜਿਵੇਂ ਤੁਸੀਂ ਦੇਖ ਰਹੇ ਜਿਹੜੇ ਬੱਚੇ ਸਕੂਲ ਪੜ੍ਹਾਈ ਵਾਸਤੇ, ਸਿੱਖਿਆ ਬਹੁਤ ਜ਼ਰੂਰੀ ਹੈ ਬੱਚੇ ਵਾਸਤੇ, ਜਿਹੜੇ ਸਕੂਲ ਦੂਰ ਹੋਗਾ ਉਹ ਨੇੜੇ ਲਾਣਗੇ ਪਿੰਡ 'ਚ, ਕਿ ਬੱਚੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਕਰ ਪਏ। ਔਰ ਸਾਡੇ ਸਾਹਮਣੇ ਜੋ ਕੁਛ ਪਿੰਡ ਦੇ ਲੋਕ ਵੀ ਨੇ ਆਪਾਂ ਉਹਨਾਂ ਨੂੰ ਗੱਲ ਕਰਦੇ, ਉਹ ਕਹਿੰਦੇ ਨੇ। ਆਪਣਾ ਨਾਮ ਕੀ ਹੈ ਜੀ? ਆਤਮਾ ਰਾਮ ਨੰਬਰਦਾਰ ਸਾਹਿਬ। ਕਿਹੜੇ ਪਿੰਡ ਦੇ ਹੋ? ਐਸੀ ਪਿੰਡ ਤੋਂ। ਪੰਚਾਇਤੀ ਚੋਣ ਹੋਣੀ ਹੈ 15 ਅਕਤੂਬਰ। ਹਾਂਜੀ ਹਾਂਜੀ। ਕਿੱਦਾਂ ਤੁਸੀਂ ਉਮੀਦਵਾਰ ਚੁਣ ਰਹੇ ਹੋ? ਮਹਿਲਾ ਰਿਜ਼ਰਵ ਨੇ, ਜਨਰਲ ਰਿਜ਼ਰਵ ਨੇ, ਹਾਂਜੀ ਕਿੱਦਾਂ ਦਾ ਮਹਿਲਾ ਚੁਣ ਰਹੇ ਹੋ ਇਸ ਵਾਰ ਇਲੈਕਸ਼ਨ ਵਾਸਤੇ? ਦੇਖੋ ਜੀ ਉਮੀਦਵਾਰ ਸਾਡੇ ਕਈ ਹੋ ਗਏ ਹਰ, ਬਾਕੀ ਦੇਖੋ ਇਹ ਆਪਣੀ ਆਪਣੀ ਮਨਪਸੰਦ ਆ ਹਰ ਇੱਕ ਵੋਟਰ ਦੀ। ਵੋਟਰ ਹੁਣ ਨਾ ਖਰੀਦ ਹੁੰਦਾ ਨਾ ਖਰੀਦ ਹੋਣਾ, ਉਹਨੇ ਆਪਣੀ ਮਨ ਮਰਜ਼ੀ ਦੇ ਨਾਲ ਵੋਟ ਪਾਉਣੀ ਆ। ਆਓ ਜੀ ਭਗਜੀ ਤਾਂ ਹਰ ਕਿਸੇ ਨੂੰ ਕਹਿਣਾ ਪੈਣਾ। ਮੁੱਦੇ ਸਾਡੇ ਬਹੁਤ ਖੜੇ ਆ ਜੀ ਐਤਕੀ। ਕੀ ਮੁੱਦੇ ਨੇ? ਦੇਖੋ ਇੱਕ ਤਾਂ ਪਾਣੀ ਦਾ ਜ਼ਿਲ੍ਹਾ ਨਿਕਾਸ ਵਾ, ਬਿਲਕੁਲ ਬਹੁਤ ਗੰਦਾ ਇੱਥੇ ਦਾ, ਗਲੀਆਂ ਦੇ ਵਿੱਚ ਪਾਣੀ ਅਵਾ ਗੌਣ ਖੜ੍ਹ ਜਾਂਦਾ ਜਦੋਂ ਮੀਂਹ ਪੈ ਜਾਂਦਾ।
अगे टोभे दे विच पानी पै जांदा सीगा उत्थे भी कंध हो गई आ। ते बाकी आ जिहड़ी भी नवीं पंचायत बणूगी इक तां असीं खाला चौड़ा करावांगे, उपो मेन रोड तो आंदे नूं देखिया तुसीं ढेरां दा हाल लिखिया होणा, उत्थे भी कोई कंध कराउण दा इहनां नूं इह कहांगे भी कंध कराओ। ते बाकी पानी दा जिहड़ा निकास आ इह तां तुहानूं दस्सी दित्ता, जिहड़ा पानी सानूं पीण वाला आंदा ਉਹ ਚੂੜਪੁਰ ਤੋਂ ਆਉਂਦਾ, ਉਹ ਅਸੀਂ ਇਸ ਪਿੰਡ ਦੇ ਵਿੱਚ ਕਰਾਂਗੇ। ਅਤੇ ਬਾਕੀ ਸਕੂਲ ਦਾ ਜਿਹੜਾ ਪ੍ਰੋਜੈਕਟ ਆ ਉਹ ਰੁਕਿਆ ਪਿਆ, ਉਹ ਪੂਰਾ ਕਰੋਗੇ? ਉਹ ਪੂਰਾ ਕਰਾਉਣਾ ਪੈਣਾ ਜੀ, ਕਰਾਉਣਾ ਪੈਣਾ। ਹਾਂ, ਬੱਚਿਆਂ ਦਾ ਸਾਡੇ ਅੰਬੇਦਕਰ ਭਵਨ ਦੇ ਵਿੱਚ ਛੋਟੇ ਬੱਚੇ ਇੱਥੇ ਆ, ਵੱਡੇ ਬੱਚੇ ਉੱਧਰ ਆ, ਆਂਗਨਵਾੜੀ ਸੈਂਟਰ ਲਈ ਜਗ੍ਹਾ ਕੋਈ ਨਹੀਂ ਬਣਾਈ, ਹੈ ਨਹੀਂ, ਬਿਲਕੁਲ ਹੈ ਨਹੀਂ ਹੈ। ਇਸ ਕਰਕੇ ਇਹ ਮੈਂ ਜਿੰਨੀ ਵੀ ਪੰਚਾਇਤ ਨਵੀਂ ਬਣੂਗੀ ਨਾ, ਇਹੀ ਇਹਨਾਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਇਹ ਮੁੱਦੇ ਪਹਿਲਾਂ ਚੱਕੋ, ਬਾਕੀ ਕੰਮ ਬਾਅਦ ਵਿੱਚ। ਜੀ ਬਿਲਕੁਲ ਜੀ, ਤੁਸੀਂ ਸੁਣੇ ਕਿ ਜਿਹੜੇ ਕਿ ਕੰਮ ਬਾਕੀ ਰਹਿ ਗਏ ਨੇ ਉਹ ਪੂਰੇ ਕਰਾਉਣ ਵਾਸਤੇ ਜਿਹੜੇ ਨਵੀਂ ਪੰਚਾਇਤ ਬਣੋ ਉਹਨਾਂ ਦਬਾਅ ਵੀ ਪਾਉਣਗੇ ਉਹ ਕੰਮ ਕਰਵਾਉਣਗੇ ਵੀ। ਹਾਂ, ਨੰਬਰਦਾਰ ਹੋਣ ਦੇ ਨਾਤੇ ਮੈਂ ਤੁਸੀਂ ਵੀ ਪਿੰਡ ਦੇ ਰਹਿਣੇ ਵਾਲੇ, ਪਰ ਨਾਮ ਕੀ ਹੈ? ਮੇਰਾ ਨਾਮ ਗੁਰਦਿਆਲ ਸਿੰਘ ਜੀ, ਟੀਚਰ। ਇਸ ਵਾਰ 15 ਅਕਤੂਬਰ ਨੂੰ ਚੋਣ ਹੋਣੀ ਹੈ, ਹਾਂਜੀ, ਤੁਸੀਂ ਕੀ ਮੁੱਦੇ ਨੇ ਤੁਹਾਡੇ ਇਸ ਵਾਰ, ਤੁਸੀਂ ਕਿੱਦਾਂ ਦਾ ਉਮੀਦਵਾਰ ਚੁਣ ਰਹੇ ਹੋ ਜਿਹੜੇ ਕਿ ਪੰਚਾਇਤ ਪਿੰਡ ਦਾ ਵਿਕਾਸ ਕਰ ਸਕੇ? ਇੱਥੇ 5 ਮਹਿਲਾ ਖੜੀਆਂ ਸਰਪੰਚੀ ਲਈ, ਐਸ ਸੀ ਜਨਰਲ ਕੋਈ ਖੜਿਆ ਨਹੀਂ ਪਰ ਉਹ ਖੜ ਸਕਦੇ ਸੀ, ਅਤੇ ਇਸ ਸਮੇਂ 3 ਮੈਂਬਰ ਸਰਬਸੰਮਤੀ ਨਾਲ ਹੋ ਗਏ ਪੰਚਾਇਤ ਮੈਂਬਰ। ਪੰਚਾਇਤ ਮੈਂਬਰ ਮੁੱਦੇ ਕੀ ਹੋਣਗੇ? ਵਿਕਾਸ ਤੇ ਵਿਕਾਸ ਇਹ ਹੈ ਵੀ ਪਹਿਲਾਂ ਅਸੀਂ ਬੱਚਿਆਂ ਨੂੰ ਇੱਥੇ ਨਸ਼ਿਆਂ ਤੋਂ ਰੋਕਣ ਲਈ ਖਿਲਾਉਂਦੇ ਹਾਂ, ਗੁਰਦੁਆਰਾ ਸਾਹਿਬ ਕ੍ਰਿਕਟ ਖੇਡਦੇ ਆ, ਸ਼ਾਮ ਨੂੰ ਬੈਡਮਿੰਟਨ ਖੇਡਦੇ ਆ, ਸਪੋਰਟਸ ਕਰਾਉਂਦੇ ਹਾਂ ਤਾਂ ਕਿ ਬੱਚਾ ਜਿਹੜੇ ਆ ਨਸ਼ੇ ਤੋਂ ਦੂਰ ਰਹਿਣ। ਐਜੂਕੇਸ਼ਨ ਦਾ ਵੀ ਪ੍ਰਬੰਧ ਕਰਦੇ ਹਾਂ ਅਸੀਂ, ਐਜੂਕੇਸ਼ਨ ਸੰਬੰਧੀ ਕੈਂਪ ਵੀ ਲਾਉਂਦੇ ਹਾਂ ਤਾਂ ਕਿ ਵੀ ਐਜੂਕੇਸ਼ਨ ਦਾ ਵਿਕਾਸ ਹੋਵੇ ਬੱਚਿਆਂ ਵਿੱਚ। ਅਤੇ ਪਹਿਲਾਂ ਸਕੂਲ ਦਾ, ਸਭ ਤੋਂ ਪਹਿਲੇ ਸਕੂਲ। ਕਿੰਨੀ ਕੁ ਆਬਾਦੀ ਹੈ ਸਰ ਇਸ ਆਬਾਦੀ 1400 ਆ, ਅਤੇ ਇਸ ਵੇਲੇ ਜਿਹੜੀ ਵੋਟ ਪੈਣੀ ਆ ਉੱਦਾਂ 950 650 ਪੈਣੀ ਆ, ਕਿਉਂਕਿ ਬੰਦੇ ਕੁਝ ਬਾਹਰ ਚੱਲ ਗਏ, ਸਾਰਾ ਪਿੰਡ ਹੀ ਬਾਹਰ ਹੈ, ਦੋ ਦੋ ਚਾਰ ਚਾਰ ਇੱਥੇ ਆ, ਅਤੇ ਇਹ ਸਰਕਾਰ ਦੇ ਨਲਾਇਕੀ ਆ। ਪਿੰਡਾਂ ਵਿੱਚ ਜਿਹੜੇ ਵੀ ਪੰਚਾਇਤਾਂ ਬਣਦੀਆਂ, ਸਾਡੇ ਪਿੰਡ ਜਿੰਨੇ ਵੀ ਪੰਚਾਇਤਾਂ ਬਣੀ ਬਹੁਤ ਵਧੀਆ, ਇਹ ਸਰਪੰਚ ਸਾਹਿਬ ਬੈਠੇ ਦੌਲਤ ਰਾਮ, ਇਹਨੀ ਬਹੁਤ ਵਧੀਆ ਕੰਮ ਕੀਤਾ, ਪੁਰਾਣੇ ਸਰਪੰਚ ਹੈ, ਇਹਨੀ ਵੀ ਬਹੁਤ ਵਧੀਆ ਕੰਮ ਕੀਤਾ। ਸਾਡੇ ਸਾਰੇ ਸਰਪੰਚਾਂ ਨੇ ਜਿਹੜੇ ਆਪਣੇ ਵੱਲ ਬਣੇ ਆ, ਉਹਨੇ ਸਾਰਿਆਂ ਨੇ ਬਹੁਤ ਵਧੀਆ ਕੀਤਾ, ਆਪਣੇ ਆਪਣੇ ਪਾਸਾ ਹੁੰਦਾ ਹੀ ਆ ਲਗਨ। ਜੀ ਬਿਲਕੁਲ ਜੀ, ਦੇਖ ਸਕਦੇ ਇਹਨਾਂ ਨੇ ਇਹ ਕਹਿਣਾ ਕਿ ਜਿਹੜੇ ਪਿੱਛੇ ਵੀ ਬਹੁਤ ਵਧੀਆ ਕੰਮ ਹੋ, ਇਸ ਵਾਰ ਵੀ ਜਿਹੜੇ ਕੰਮ ਅਧੂਰੇ ਨੇ ਉਹ ਪੂਰੇ ਕਰਾਉਣਗੇ। ਔਰ ਵੀ ਮਹਿਲਾਏ ਪਹੁੰਚ ਚੁੱਕੇ ਨੇ, ਸਤਿ ਸ਼੍ਰੀ ਅਕਾਲ ਜੀ। ਮੁੱਦੇ ਸਾਡੇ ਪਹਿਲਾਂ ਤਾਂ ਛੱਪੜ ਦਾ ਮੁੱਦਾ ਆ, ਉਹ ਸੀਵਰੇਜ ਪਾਉਣਾ ਆ ਤੇ ਪਾਣੀ ਬਾਹਰ ਨਿਕਾਲਣਾ, ਤੇ ਬਾਕੀ ਸਾਡਾ ਸਕੂਲ ਦਾ ਮੁੱਦਾ ਆ, ਸਕੂਲ ਸਾਡਾ ਅੰਬੇਡਕਰ ਭਵਨ 'ਚ ਆ 6ਵੀਂ ਤੋਂ 8ਵੀਂ ਤੱਕ, ਅਤੇ ਉਹ ਸਕੂਲ ਬਣਾਉਣਾ ਚਾਹੁੰਦੇ ਹਾਂ ਅਸੀਂ। ਅਤੇ ਤੀਸਰਾ ਮੁੱਦਾ ਹੈਗਾ ਸਾਡਾ ਟੈਂਕੀ ਦਾ, ਅਤੇ ਸਾਡਾ ਪਾਣੀ ਪਿੰਡ 'ਚ ਆਉਣਾ ਚਾਹੀਦਾ, ਦੂਜੇ ਪਿੰਡੋਂ ਪਾਣੀ ਆਉਂਦਾ, ਇਸ ਕਰਕੇ ਸਾਡੇ ਪਿੰਡ 'ਚ ਟੈਂਕੀ ਬਣਾਉਣੀ। ਹਾਂਜੀ, ਪਹਿਲ ਸਭ ਤੋਂ ਪਹਿਲਾਂ ਪਾਣੀ ਦੀ ਪਹਿਲ ਆ, ਅਤੇ ਬਾਕੀ ਹੋਰ ਜਿੰਨੇ ਵੀ ਮੁੱਦੇ ਹੈਗੇ ਸਾਡੇ ਪਿੰਡ ਦੇ ਸਾਨੂੰ ਪੂਰੇ ਹੋਣੇ ਚਾਹੀਦੇ। ਸਰਕਾਰ ਨੂੰ ਵੀ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਸਾਨੂੰ ਗ੍ਰਾਂਟਾਂ ਗਾਹਾਂ ਪੰਚਾਇਤਾਂ ਨੂੰ ਦਿੱਤੀਆਂ ਜਾਣ। ਜੀ, ਤੁਹਾਡਾ ਕੀ ਨਾਮ ਹੈ ਜੀ? ਸੁਨੀਤਾ। ਤੁਸੀਂ ਪਿੰਡ ਦੇ ਰਹਿਣ ਵਾਲੇ ਕਿ ਤੁਸੀਂ ਵੀ ਖੜੇ ਹੋ ਇਲੈਕਸ਼ਨ 'ਚ? ਹਾਂਜੀ, ਪੈਂਚੀ 'ਤੇ। ਪੈਂਚੀ 'ਤੇ ਖੜੇ ਹੋ? ਹਾਂਜੀ। ਕੀ ਮੁੱਦੇ ਕੀ ਨੇ, ਕੀ ਵਿਕਾਸ ਕਰੋਗੇ? ਚੰਗੇ ਕੰਮ ਹੋਣੇ ਚਾਹੀਦੇ ਜੀ ਮਹਿੰਦੀਪੁਰ ਦੇ ਵਿੱਚ, ਸਾਨੂੰ ਸਾਰੇ ਹੀ ਕੰਮ ਵਧੀਆ ਲੱਗਣੇ ਚਾਹੀਦੇ, ਸਫਾਈ ਹੋਣੀ ਚਾਹੀਦੀ ਆ, ਪਾਣੀ ਜਾਣਾ ਚਾਹੀਦਾ, ਬੇਈ ਸਾਡੇ ਕੋਲ ਲੱਗਦੀ ਆ ਉੱਥੇ ਪਾਉਣਾ ਚਾਹੀਦੇ ਪੈਪ, ਫਿਰ ਛੱਪੜ ਦਾ ਹੋਰ ਗੰਦ ਬਹੁਤ, ਸਾਨੂੰ ਸਾਰੇ ਵਿਹੜੇ ਨੂੰ ਡੂੰਘਾ ਵੀ ਬਹੁਤ ਹੋਇਆ ਅਤੇ ਖਤਰਾ ਵੀ ਹੈਗਾ। ਜੀ ਬਿਲਕੁਲ, ਦੇਖ ਰਹੇ ਹੋ ਕਿ ਕਹਿੰਦੇ ਕਿ ਵਿਕਾਸ ਜਿਹੜਾ ਕੰਮ ਰੁਕਿਆ ਜ਼ਰੂਰ ਕਰਾਂਗੇ। ਕੁਛ ਮਹਿਲਾ ਵੀ ਬੈਠੇ ਨੇ ਇੱਥੇ ਜਿਹੜੇ ਵੋਟਰ ਨੇ, ਜਿਹੜੇ ਕਿ ਇਹ ਵੋਟ ਪਾਉਣ ਕੇ ਇਹਨਾਂ ਨੂੰ ਪੰਚਾਇਤ ਸਰਪੰਚ ਬਣਾਉਣਗੇ। ਬੀਬੀ, ਆਪਣਾ ਨਾਮ ਕੀ ਹੈ? ਮਿਮਲਾ ਦੇਵੀ। ਤੁਸੀਂ ਪਿੰਡ ਦੇ ਰਹਿਣੇ ਵਾਲੇ ਹੋ? ਹਾਂਜੀ ਹਾਂਜੀ। ਕਿੱਦਾਂ ਤਾਂ ਤੁਸੀਂ ਚੁਣ ਰਹੇ ਸਰਪੰਚ ਇਸ ਵਾਰ? ਸਾਨੂੰ ਤਾਂ ਸਾਰੇ ਇੱਕੋ ਜਿਹੇ ਆ, ਜਿਹੜਾ ਵਧੀਆ ਕੰਮ ਕਰੂ ਉਹਦੀ ਆ। ਪਿਛਲੀ ਸਰਪੰਚ ਨੇ ਕੰਮ ਵਧੀਆ ਕੀਤਾ ਕਿ ਨਹੀਂ? ਹੋਰ ਬਹੁਤ ਵਧੀਆ ਕੀਤੇ ਹੋ ਆ। ਇਸ ਵਾਰ ਆ ਦੇਖ ਲਾ ਸਾਡੇ ਮਕਾਨ, ਆ ਦੇਖ ਲਾ, ਆਹੋ ਆ ਦੇਖ ਲਾ ਕਿੰਨੇ ਸੋਹਣੇ ਬਣਾਏ ਹੋ ਆ। ਵਿੱਚੇ ਪਾਣੀ ਪੈਂਦਾ, ਪਾਣੀ ਆਉਂਦਾ, ਹਾਂ ਪਾਣੀ ਵੀ, ਪੈਸੇ ਦਿੱਤੇ ਤੇ ਉਹ ਵੀ ਨੀ ਸਾਨੂੰ ਮਿਲੇ। ਠੀਕ ਵਾ, ਹੁਣ ਦੇਖਾਂਗੇ, ਹੁਣ ਕੋ ਨਵਾਂ ਉਠਾਲਾਂਗੇ, ਗਰੀਬਾਂ ਬਾਰੇ ਕੋ ਸੋਚੂਗਾ, ਅਸੀਂ ਸਿਆਣਿਆਂ ਨਾਲ ਹੁਣ ਕਿਆ ਕਰਨਾ। ਅਸੀਂ ਕਹਿਣ ਦੇ ਆ ਵੀ ਪਿੰਡ ਦਾ ਸਾਰਾ ਕੰਮ ਹੋਣਾ ਚਾਹੀਦਾ,
ठगीबाजी नहीं होनी चाहिए। जिन सरपंच ने बनना अपने दीन धर्म ना बने, किसी के ओले खड़ के ना बंदूक चलावे, किसी के सिर ते रख के बंदूक ना चलावे। जो काम कहंदे आ साडे नरेगा वालियां दे भी सुनना आ, हाँ जी अभी नरेगा वालियां दा भी काम सुनना, साडी जो मंग वा वो भी पूरी करानी आ। मंग साडी इह आ पे सानू काम मिलना चाहीदा, सानू कोई बहुती टोका टाकी आके ना करे, ये साडी मंग वा। बाकी दूजी गल आ छप्पड़ दा पानी साडियां गलियां च देख लो इन्ना ना पानी साडे अंदर ही बढ़दा, असी तो भौंक भौंक के हार गए, बोल बोल के हार गए, साड़ी तो पेश नहीं चली। जी बिल्कुल, तुम देख सकते हो कि महिला जो मनरेगा वाले उन्होंने ये कहना है कि काम भी मिलना चाहिए और पानी जो पिंड च बहुत बड़ी समस्या है कि पिंड च पानी जब आते बारिश दौरान वो घर च बढ़ जाते हैं, बहुत परेशानी का सामना करना पैंता है। साडे कोल और भी बंदे मौजूद ने, आप देख लेने की कहना चाहते हो, लोग भी कई सारे लोग मौजूद ने, देखते हैं थोन तस्वीर दिखाने पंचायत दियाँ पिंड दियाँ, पिंड के लोग की कहना चाहते हैं। सरदार जी हाँ जी, अपना नाम की है? मैं जी अर्जन सिंह जी। ਤੁਸੀਂ ਪਿੰਡ ਦੇ ਰਹਿਣ ਵਾਲੇ ਹੋ ਜੀ? ਹਾਂ ਜੀ ਬਿਲਕੁਲ, ਮੈਂ ਇਸੇ ਪਿੰਡ ਦਾ ਹੀ ਰਹਿਣ ਵਾਲਾ ਹਾਂ। ਇਸ ਵਾਰ ਪੰਚਾਇਤੀ ਚੋਣ ਲੜੇ ਰਹੇ ਨੇ ਸਾਰੇ ਮਹਿਲਾਵਾਂ, ਪੰਜ ਮਹਿਲਾਵਾਂ ਨੇ ਸਰਪੰਚ, ਠੀਕ ਹੈ ਜੀ। ਤਾਂ ਤੁਸੀਂ ਕਿਸ ਤਰ੍ਹਾਂ ਦਾ ਉਮੀਦਵਾਰ ਚੁਣ ਰਹੇ ਹੋ, ਪਿਛਲੇ ਵਾਰ ਕਿੰਨਾ ਵਿਕਾਸ ਹੋਇਆ, ਇਹ ਕੀ ਮੁੱਦੇ ਨੇ ਇਸ ਵਾਰ? ਦੇਖੋ ਜੀ, ਬੇਨਤੀ ਇਹ ਹੈਗੀ ਜੀ, ਸਾਡੇ ਵਿਕਾਸ ਤਾਂ ਪਿਛਲੀ ਵਾਰ ਹੋਇਆ ਤਾਂ ਹੈਗਾ ਜ਼ਰੂਰ ਆ, ਪਰ ਕੋਈ ਸਾਡੇ ਨਾਲ ਇੱਧਰ ਛੱਪੜ ਦੀ ਸਮੱਸਿਆ ਬੜੀ ਰਹੀ, ਕਿਉਂਕਿ 20-22 ਫੁੱਟ ਦਾ ਡੂੰਗ ਪੈ ਗਿਆ ਹੈ ਨਾ ਜੀ। ਅਤੇ ਦੂਸਰੀ ਸਮੱਸਿਆ ਪਿੰਡ ਦੀ ਮੇਨ ਇਹ ਹੈ ਕਿ ਸਾਨੂੰ ਪਾਣੀ ਦੂਸਰੇ ਪਿੰਡ ਚੂੜਪੁਰ ਤੋਂ ਆਉਂਦਾ ਜੀ, ਸਾਡਾ ਪਿੰਡ ਹੈਗਾ ਮਹਿੰਦੀਪੁਰ, ਔਰ ਸਮੱਸਿਆ ਹੈ ਕਿ ਸਾਡੇ ਪਾਣੀ ਆਉਂਦਾ ਗੰਦਾ, ਉਹਦੇ ਲਈ ਬੜੀ ਸਾਨੂੰ ਸਮੱਸਿਆ ਆਉਂਦੀ ਹੈ। ਦੂਸਰੇ ਪਿੰਡ ਵਾਲੇ ਕਦੇ ਵੀ ਪਾਣੀ ਬੰਦ ਕਰ ਸਕਦੇ ਆ ਨਾ, ਤੁਸੀਂ ਸਾਡੇ ਬੱਚੇ ਅੰਬੇਡਕਰ ਸਾਹਿਬ ਪੜ੍ਹਦੇ ਹੋ, ਸਾਡੇ ਸਕੂਲ ਮਿਡਲ ਸਕੂਲ ਦਾ ਵੀ ਬੜੀ ਸਮੱਸਿਆ। ਪੰਚਾਇਤ ਨੇ ਇਹ ਕਿਉਂ ਨਹੀਂ ਕੀਤਾ ਕਿ ਟੈਂਕੀ ਬਣਵਾਈ ਜਾ? ਪਤਾ ਨਹੀਂ, ਜਿਸ ਦਾ ਵਾਰ ਵਾਰ ਕਹਿੰਦੇ ਰਹੇ ਤੁਹਾਨੂੰ, ਉਹਨਾਂ ਨੂੰ ਪਤਾ ਹੋਏਗਾ ਜੀ ਸਾਨੂੰ ਪਾਣੀ ਦੀ ਸਮੱਸਿਆ, ਸਾਡੇ ਪਿੰਡ ਟੈਂਕੀ ਹੋਵੇ, ਅਗਰ ਟੈਂਕੀ ਨਹੀਂ ਹੋ ਸਕਦੀ ਕੰਮ ਸੇ ਕੰਮ ਬੋਰ ਹੋ ਜਾਵੇ, ਉਹਦਾ ਸਪਲਾਈ ਸਿੱਧੀ 2-3 ਟਾਈਮ ਆ ਜਾਵੇ, ਇੰਨਾ ਹੋਵੇ। ਮੇਨ ਮੁੱਦੇ ਨੇ, ਮੇਨ ਮੁੱਦੇ ਹੈ ਕਿ ਪਿੰਡ ਹੈ ਜਿੱਦਾਂ ਵੈਟਰਨਰੀ ਹਸਪਤਾਲ ਹੈ ਪਸ਼ੂਆਂ ਦਾ, ਜਾਂ ਕਮ ਸੇ ਕਮ ਵੈਸੇ ਡਿਸਪੈਂਸਰੀ ਪਿੰਡ ਬਣ ਜਾਵੇ, ਲੋਕੀ ਬਾਹਰ ਦੌੜੇ ਭੱਜੇ ਫਿਰਦੇ ਆ, ਉਹ ਬਿਲਕੁਲ ਉਹ ਫਾਇਦਾ ਉਹ ਹੋਣਾ ਚਾਹੀਦਾ। ਨਹੀਂ ਮੁਹੱਲਾ ਕਲੀਨਿਕ ਨਹੀਂ ਹੈਗਾ ਜਿੱਥੇ, ਨਹੀਂ ਬਿਲਕੁਲ ਵੀ ਨਹੀਂ ਹੈਗਾ। ਬਾਕੀ ਸਾਡੀ ਇਹ ਹੈ ਕਿ ਸਾਡੇ ਆਂਗਣਵਾੜੀ ਦੀ ਬੜੀ ਆਂਗਣਵਾੜੀ ਵਾਲੀ ਸਾਡੀਆਂ ਬੀਬੀਆਂ, ਉਹ ਵਿਚਾਰੀਆਂ ਕਦੇ ਕਿਤੇ ਘੁੰਮਦੀਆਂ, ਹੁਣ ਪੰਚਾਇਤ ਘਰ 'ਚ ਬੈਠੀਆਂ, ਉਹਨਾਂ ਦੀ ਬੜੀ ਸਮੱਸਿਆ, ਅਤੇ ਆਸ਼ਾ ਵਰਕਰ ਉਹਨਾਂ ਨੂੰ ਬੜੀ ਸਮੱਸਿਆ, ਕਿਉਂਕਿ ਟੀਕੇ ਲਗਵਾਉਣ ਦਾ, ਕਿਉਂਕਿ ਆਂਗਣਵਾੜੀ ਦੇ ਵਿੱਚ ਹੀ ਟੀਕਾ ਲਗਵਾ ਸਕਦੇ ਅਸੀਂ, ਇਹ ਗੁਰਦੁਆਰਾ ਸਾਹਿਬ ਵਿਖੇ ਲਗਵਾਉਣੇ, ਸਾਨੂੰ ਬੜੀ ਸਮੱਸਿਆ ਵੀ ਹੈਗੀ ਆ। ਪਿੰਡ ਮਿਡਲ ਸਕੂਲ ਹੈ, ਉਹਦੀ ਬੜੀ ਸਮੱਸਿਆ ਹੈਗੀ, ਅੰਬੇਡਕਰ ਸਾਹਿਬ ਵਾਲਾ ਸਾਡੇ ਜਗ੍ਹਾ ਹੈ, ਉਸੇ ਨੂੰ ਹੀ ਵਰਤਦੇ ਆ ਨਾ, ਅਤੇ ਇੱਕ ਹੀ ਸਮੱਸਿਆ ਇੱਦਾਂ ਦੀਆਂ, ਹੋਰ ਨਿੱਕੀਆਂ ਮੋਟੀਆਂ ਹੋਰ ਵੀ ਹੈਗੀਆਂ।